ਸੁਖਤਲੀ ਵਾਲ ਇਸ ਵੇਲੇ ਕੀ ਸੋਚ ਰਹੇ ਉਹਨਾਂ ਦੇ ਮਨ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਬਹੁਤ ਵੱਡੀ ਟੀਮ ਜਿਹੜੀ ਕਰ ਰਹੀ ਹੈ ਪਿੱਛੇ ਬੈਠ ਕੇ ਕੰਮ ਇਸ ਵੇਲੇ ਸੜੀ ਮੇਰੇ ਲਈ ਜਿਹੜਾ ਹੈਗਾ ਨਾ ਤੇ ਮੇਰਾ ਘਰ ਹੈਗਾ ਇੱਕ ਵੱਡਾ ਇਸ਼ੂ ਸੀਗਾ ਸਰੀ ਪੁਲਿਸ ਦਾ ਸਰੀ ਦੀ ਆਪਦੀ ਪੁਲਿਸ ਬੋਰਡ ਦਾ ਸੁਖਤਲੀ ਵਾਲ ਇਸ ਇਸ਼ੂ ਤੇ ਕਿੱਥੇ ਸਟੈਂਡ ਕਰਦੇ ਆ ਡਗ ਮਕਰਮ ਉਹਨਾਂ ਦੀ ਕਾਰਬਜ਼ਾਰੀ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਦੇਖੋ ਉਹਨਾਂ ਦੀ ਕਾਰਜਕਾਰੀ ਨੂੰ ਲੋਕ ਦੇਖਣਗੇ ਨਾ ਅਕਤੂਬਰ ਮਹੀਨੇ ਦੇ ਵਿੱਚ ਸਰੀ ਦੇ ਵਿੱਚ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਔਰ ਮੇਅਰ ਦੀ ਰੇਸ ਨੂੰ ਲੈ ਕੇ ਕਾਫੀ ਕਿਆਸਰਾਈਆਂ ਲੱਗ ਰਹੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਐਨ ਡੀ ਪੀ ਲੀਡਰ ਹੈਰੀ ਬੈਂਸ ਹੋਣਾ ਦਾ ਨਾਂ ਵੀ ਮੇਅਰ ਦੀ ਰੇਸ ਦੇ ਵਿੱਚ ਸ਼ਾਮਿਲ ਹੋਣ ਦੇ ਕੁਝ ਅੰਦਾਜ਼ੇ ਲੱਗ ਰਹੇ ਸੀਗੇ ਪਰ ਹੈਰੀ ਬੈਂਸ ਹੋਣਾ ਨੇ ਕੁਝ ਦਿਨ ਪਹਿਲਾਂ ਇਸ ਰੇਸ ਤੋਂ ਆਪਣਾ ਨਾਂ ਵਾਪਸ ਖਿੱਚ ਲਿਆ ਔਰ ਉਹਨਾਂ ਨੇ ਕਿਹਾ ਕਿ ਉਹ ਪ੍ਰੋਵਿੰਸ਼ਲ ਪੋਲਿਟਿਕਸ ਦੇ ਨਾਲ ਹੀ ਜੁੜੇ ਰਹਿਣਗੇ ਹੁਣ ਪਿਛਲੇ 2 ਦਿਨਾਂ ਤੋਂ ਐਮਪੀ ਸੁਖਤ ਢਾਲੀਵਾਲ ਹੁਣਾਂ ਦਾ ਵੀ ਕੁਝ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਮੇਅਰ ਦੀ ਚੋਣ ਦੇ ਵਿੱਚ ਸ਼ਾਮਿਲ ਹੋ ਜਾਣ ਅਸੀਂ ਐਮਪੀ ਸੁਖਤ ਢਾਲੀਵਾਲ ਹੁਣਾਂ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਔਰ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੀ ਉਹ ਵੀ ਮੇਅਰ ਦੀ ਚੋਣ ਦੇ ਵਿੱਚ ਸ਼ਾਮਿਲ ਹੋਣਗੇ ਪੇਸ਼ ਹੈ ਇਸ ਖਾਸ ਗੱਲਬਾਤ ਦੇ ਕੁਝ ਅੰਸ਼ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਚਰਚੇ ਹੋ ਰਹੇ ਹੈ ਕਿ ਸੁਖਤ ਢਾਲੀਵਾਲ ਜਿਹੜੇ ਹੈ ਸ਼ਾਇਦ ਆ ਆਨਰ ਇਸ ਸਮੇਂ ਦੇ ਵਿੱਚ ਸਰੀ ਦੀ ਮੀਰ ਦੀ ਰੀਸ ਦੇ ਵਿੱਚ ਸ਼ਾਮਲ ਹੋਣਗੇ ਸੁਖਤਲੀ ਵੱਲ ਇਸ ਵੇਲੇ ਕੀ ਸੋਚ ਰਹੇ ਉਹਨਾਂ ਦੇ ਮਨ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਦੇਖੋ ਜਿਹੜਾ ਇਸ ਵੇਲੇ ਮੇਰੇ ਮਨ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੈਂ ਜਿਹੜੇ ਦਫ਼ਤਰ ਦੇ ਵਿੱਚ ਅੱਜ ਬੈਠੇ ਆ ਮੈਂਬਰ ਆਫ ਪਾਰਲੀਮੈਂਟ ਦੇ ਇਹ ਬਿੰਦੂ ਲੋਕਾਂ ਨੇ ਬਹੁਤ ਵੱਡੀ ਪ੍ਰਿਵੀਲੇਜ ਦਿੱਤੀ ਆ ਪੰਜ ਸਾਲ ਮੈਨੂੰ ਉਹਨਾਂ ਨੇ ਇਹ ਚੁਣਿਆ ਔਰ ਮੈਂ ਦਿੱਲੀ ਕਾਰ ਤੋਂ ਜਿਹੜਾ ਸੀਗਾ ਇਸ ਦੀ ਜਿਹੜੀ ਸੇਵਾ ਜਿਹੜੀ ਆ ਉਹ ਆਪ ਦੇ ਤਨ ਲਾ ਕੇ ਟਾਈਮ ਲਾ ਕੇ ਸਭ ਕੁਝ ਕਰਕੇ ਇੱਥੇ ਲਾਈ ਠੀਕ ਹੈ ਨਾ ਹੁਣ ਅੱਜ ਕੀ ਹੈਗਾ ਕਿ ਇੱਕ ਜਿੰਨੇ ਇਨਫਲੂਐਂਸ਼ੀਅਲ ਲੋਕ ਹੈਗੇ ਸਰੀ ਦੇ ਵਿੱਚ ਕਾਫੀ ਜਿਹੜੇ ਹੈਗੇ ਨੇ ਪਲੱਸ ਯੰਗ ਪੀਪਲ ਪਾਰਟਿਕੁਲਰਲੀ ਆਫ ਯੂਅਰ ਏਜ ਜਿਹੜੇ ਨੇ ਉਹ ਆ ਕੇ ਇਹ ਕਹਿ ਰਹੇ ਨੇ ਵੀ ਐਸਵਿਡੇ ਕੋਕਸ ਸਿਟੀ ਜਿਹੜੀ ਹੈਗੀ ਆ ਉਹ ਉਸ ਉਸ ਡਿਵੀਜ਼ਨ ਪੋਲਿਟਿਕਸ ਜਿਹੜੀ ਆ ਉਹ ਚੱਲ ਰਹੀ ਹੈ ਤੁਸੀਂ ਦੇਖੀ ਹੋਣੀ ਹੈ ਰਾਈਟ ਉਹਦੇ ਨਾਲ ਕੰਸਟਰਕਟਿਵ ਕੰਮ ਨਹੀਂ ਹੋ ਰਿਹਾ ਠੀਕ ਹੈ ਨਾ ਹੁਣ ਅਸੀਂ ਸਿਟੀ ਜਿਹੜੀ ਆ ਇਹ ਬਿਗੇਸਟ ਸਿਟੀ ਬਣ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੀ ਠੀਕ ਹੈ ਨਾ ਇੱਕ ਡਾਇਨਾਮਿਕ ਬਾਇਫਰੈਂਟ ਜਿਹੜੀ ਸਾਡੀ ਸੁਸਾਇਟੀ ਹੈਗੀ ਆ ਬੜੇ ਪ੍ਰੋਗਰੈਸਿਵ ਲੋਕ ਇੱਥੇ ਦੇ ਔਰ ਉਹ ਚਾਹੁੰਦੇ ਨੇ ਕਿ ਸਿਟੀ ਨੂੰ ਇੱਕ ਹੋਰ ਰਿਪਰੈਜ਼ੈਂਟੇਟਿਵ ਦਿੱਤੀ ਜਾਵੇ ਜਿਹੜਾ ਸਿਟੀ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਵੇ ਅੰਡਰਸਟੈਂਡ ਇਸ਼ੂ ਜਿਹਨੂੰ ਕਰਦਾ ਹੋਵੇ ਸੋ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆ ਆ ਜਿਹੜੇ ਮੈਨੂੰ ਕਾਰਨ ਦੱਸਦੇ ਸੀਗੇ ਉਹ ਕਾਰਨਾਂ ਕਰਕੇ ਮੇਰੇ ਕੋਲ ਬਹੁਤ ਸਾਰੇ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਔਰ ਉਹਨਾਂ ਨੇ ਮੈਨੂੰ ਉਤਸ਼ਾਹਤ ਵੀ ਕੀਤਾ ਵੀ ਤੂੰ ਜਿਹੜਾ ਵਾ ਇਹ ਰਨ ਕਰ ਕਿਉਂਕਿ ਇੰਨੇ ਸਾਲਾਂ ਤੋਂ ਤੂੰ ਇੱਥੇ ਰਹਿ ਰਿਆ ਹੈ 1996 ਤੋਂ ਇੱਥੇ ਹੀ ਤੂੰ ਇਨਵੋਲਡ ਆ ਪਹਿਲੇ ਦਿਨਾਂ ਤੋਂ ਹੀ ਚਾਹੇ ਉਹ ਲੋਕਲ ਇਸ਼ੂਜ਼ ਦੀ ਗੱਲ ਆ ਜੇ ਚਾਹੇ ਪ੍ਰੋਵਿੰਸ਼ੀਅਲ ਆ ਜੇ ਚਾਹੇ ਫੈਡਰਲੀ ਐਂਡ ਸੋ ਇਹ ਜਿਹੜੀਆਂ ਚੀਜ਼ਾਂ ਆ ਉਹਨੂੰ ਮੱਦੇਨਜ਼ਰ ਰੱਖਦੇ ਆ ਕਿਉਂਕਿ ਅੱਜ ਮੈਂ ਸੋਚ ਰਿਹਾ ਵੀ ਮੈਨੂੰ ਕੀ ਕਿਉਂਕਿ ਦੇਖੋ ਮੈਂ ਤਾਂ ਉਹ ਸੋਚਣਾ ਜੋ ਸਰੀ ਦੇ ਲੋਕਾਂ ਲਈ ਚੰਗਾ ਕਿਉਂਕਿ ਉਸ ਕਮਿਊਨਿਟੀ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਬਿਜ਼ਨਸ ਨੂੰ ਮੇਰੇ ਪੋਲਿਟਿਕਲ ਲਾਈਫ ਨੂੰ ਸਭ ਕੁਝ ਇਨਾਂ ਨੇ ਦਿੱਤਾ ਨਾ ਇੱਥੋਂ ਹੂੰ ਠੀਕ ਹੈ ਨਹੀਂ ਤੇ ਜੋ ਇਹਨਾਂ ਨੇ ਮੈਨੂੰ ਦੱਸਿਆ ਤਾਂ ਜੋ ਇਹਨਾਂ ਦੇ ਵੈਸਟਰਨ ٹرسٹ ਹੈਗਾ ਉਹ ਮੈਂ ਕਰਨਾ ਹੈਗਾ ਸੋ ਇਸ ਚੀਜ਼ ਨੂੰ ਮੈਂ ਅੱਜ ਸੋਚ ਰਿਹਾ ਪਰ ਮੇਰੇ ਤੇ ਬਹੁਤ ਜ਼ਿਆਦਾ ਜਿਹੜਾ ਲੋਕਾਂ ਦੇ ਵੱਲੋਂ ਜਿਹੜਾ ਵਾ ਉਹ ਉਹ ਕਹਿ ਲੋਗੇ ਪ੍ਰੈਸ਼ਰ ਤਾਂ ਨਹੀਂ ਕਹਿ ਸਕਦਾ ਲੋਕਾਂ ਵੱਲੋਂ ਮੈਨੂੰ ਬਹੁਤ ਸਾਰੇ ਲੋਕਾਂ ਵੱਲੋਂ ਸਿਸ਼ਾਤ ਕਰਨ ਲਈ ਜਿਹੜਾ ਹੈਗਾ ਉਹ ਵੱਡਾ ਪਰ ਮਹਾ ਸਨੇਹਾ ਜਿਹੜਾ ਵਾ ਉਹ ਆ ਰਿਹਾ ਹੋਣੀਆ ਤੁਹਾਨੂੰ ਕੀ ਲੱਗਦਾ ਹੈ ਇਸ ਵੇਲੇ ਸਰੀ ਦੇ ਵਾਸਤੇ ਸਭ ਤੋਂ ਵੱਡੇ ਇਸ਼ੂਜ਼ ਕਿਹੜੇ ਆ ਦੇ ਕੋਈ ਇਸ਼ੂਜ਼ ਤਾਂ देयर आर ਮਨੀ ਇਸ਼ੂਜ਼ ਯਾਰ ਸਰ ਨੂੰ ਪਹਿਲਾ ਇਸ਼ੂ ਤਾਂ ਇਹ ਹੈਗਾ ਕਿ ਵੀ ਜੇ ਜਿਹੜੀ ਸਾਡੀ ਕਾਉਂਸਲ ਹੈਗੀ ਹੈ ਜਾਂ ਮੇਅਰ ਹੈਗੇ ਅਸੀਂ ਐਜ਼ ਅ ਟੀਮ ਕੰਸਟਰਕਟਿਵਲੀ ਵਰਕ ਕਰ ਸਕਦੇ ਹਾਂ ਕਿ ਇਹਨੂੰ ਇੱਕ ਵਿਜਨ ਦੇਣ ਨੂੰ ਠੀਕ ਹੈ ਨਾ ਵੀ ਅਸੀਂ ਸਿਟੀ ਨੂੰ ਲੈ ਕੇ ਕਿੱਥੇ ਜਾਣਾ ਚਾਹੁੰਦੇ ਹਾਂ ਉਹ ਬਹੁਤ ਜ਼ਰੂਰੀ ਹੈ ਦੇਖੋ ਸਿਟੀ ਅੱਜ ਸਰੀ ਇੱਕ ਉਹ ਨਹੀਂ ਰਹੀ ਕਮਿਊਨਿਟੀ ਜਿਹੜੀ ਇੱਕ ਬੈਡਰੂਮ ਕਮਿਊਨਿਟੀ ਸੀਗੀ ਅੱਜ ਇਹ బిਗੇਸਟ ਵੀ ਔਰ ਇਹਦੇ ਵਿੱਚ ਹੀ ਹੈਗਾ ਨਾ ਕਿਉਂਕਿ ਮੈਂ ਪਿੱਛੇ ਵੀ ਇੰਵੈਸਟਰ ਰਿਹਾ ਦੇਖੋ ਜੇ ਅੱਜ ਮੈਨੂੰ ਸਰੀ ਦੇ ਮੈਂ ਪ੍ਰਾਊਡ ਮਹਿਸੂਸ ਕਰਦਾ ਮੈਂ ਮੈਂ ਸਰੀ ਦੇ ਵਿੱਚ ਆ ਕਿੰਨੇ ਸਾਲਾਂ ਤੋਂ ਇੱਥੇ ਹੀ ਮੈਂ ਬੱਚੇ ਪਾਲੇ ਤੋਂ ਦੱਸਿਆ ਇੱਥੇ ਮੇਰਾ ਬਿਜ਼ਨਸ ਇੱਥੇ ਮੈਂ ਪੋਲਿਟਿਕਸ ਕੀਤੀ ਆ ਔਰ ਮੈਂ ਸ਼ੁਰੂ ਤੋਂ ਇਨਵੋਲਡ ਆ ਠੀਕ ਹੈ ਨਾ ਕਿਉਂਕਿ ਸਰੀ ਮੇਰੇ ਲਈ ਜਿਹੜਾ ਹੈਗਾ ਨਾ ਇਹ ਮੇਰਾ ਘਰ ਹੈਗਾ ਔਰ ਮੇਰੇ ਲਈ ਨਹੀਂ ਜਿਹੜੇ ਬਾਕੀ ਆਲਮੋਸਟ 600000 ਪੀਪਲ ਹੈਗੇ ਉਹਨਾਂ ਲਈ ਵੀ ਇਹ ਘਰ ਆ ਉਹ ਵੀ ਚਾਹੁੰਦੇ ਆ ਬੱਚੇ ਵੀ ਜਿਹੜੇ ਪਾਰਟਿਕੁਲਰਲੀ ਮੈਂ ਤੁਹਾਨੂੰ ਕਿਉਂ ਕਿਹਾ ਸੀ ਯੰਗ ਪੀਪਲ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਪ੍ਰਾਊਡਲੀ ਉਹ ਇੱਥੇ ਰਹਿ ਸਕਣ ਉਹਨਾਂ ਨੂੰ ਇੱਥੋਂ ਮੂਵ ਨਾ ਹਣੋ ਆਪੇ ਭੱਜਣਾ ਨਾ ਪਵੇ ਉਹ ਕਿਸ ਤਰ੍ਹਾਂ ਇਹ ਜਿਹੜਾ ਹੁਣ ਆਇਸਪਲੇ ਸਟਿਗਮਾ ਲੱਗਿਆ ਹੋਇਆ ਸਰੀ ਦੇ ਉੱਤੇ ਇਸ ਨੂੰ ਅਸੀਂ ਨੈਕਸਟ ਲੈਵਲ ਤੇ ਲੈ ਕੇ ਸਰੀ ਨੂੰ ਜਿਹੜਾ ਹੈਗਾ ਉਹ ਦੁਨੀਆ ਦੇ ਮੈਪ ਤੇ ਤਾਂ ਹੈਗੀ ਐ ਇਸ ਵੇਲੇ ਪਰ ਉਹਨੂੰ ਗੁੱਡ ਵੇ ਦੇ ਨਾਲ ਪੋਜ਼ਿਟਿਵ ਵੇ ਦੇ ਨਾਲ ਕੰਸਟਰਕਟਿਵ ਵੇ ਨਾਲ ਕਿੱਦਾਂ ਲੈ ਕੇ ਜਾਣਾ ਉਹ ਜਿਹੜੀ ਵਿਜ਼ਨ ਜਿਹੜੀ ਹੈਗੀ ਆ ਉਹ ਬੜੀ ਜ਼ਰੂਰੀ ਹੈ ਇੱਕ ਵੱਡਾ ਇਸ਼ੂ ਸੀਗਾ ਸਰੀ ਪੁਲਿਸ ਦਾ ਸਰੀ ਦੀ ਆਪਦੀ ਪੁਲਿਸ ਬੋਰਡ ਦਾ ਹੌਣ ਸਰੀ ਪੁਲਿਸ ਦਾ ਜਿਹੜਾ ਆਗਮਨ ਇਥੇ ਸਰੀ ਦੇ ਵਿੱਚ ਹੋ ਗਿਆ ਹਾਲੇ ਵੀ ਕਾਉਂਸਲ ਦੇ ਵਿੱਚ ਜੋ ਦੋ ਤਿਰਾਂ ਨੇ ਉਹ ਵੰਡੀਆਂ ਹੋਈਆਂ ਇਸ ਮਾਮਲੇ ਨੂੰ ਲੈ ਕੇ ਸੁਖਤ ਧਾਲੀਵਾਲ ਇਸ ਇਸ਼ੂ ਤੇ ਕਿੱਥੇ ਸਟੈਂਡ ਕਰਦੇ ਆ ਦੇਖੋ ਜਦੋਂ ਇਹ ਗੱਲ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਕਿ ਮੈਂ ਅੱਜ ਜਿਹੜਾ ਹੈਗਾ ਐਜ਼ ਅ ਮੈਂਬਰ ਆਫ ਪਾਰਲੀਮੈਂਟ ਬੈਠਾ ਗੱਲ ਕਰਦਾ ਹਾਂ ਤੁਹਾਡੇ ਨਾਲ ਠੀਕ ਹੈ ਨਾ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜਿਹੜਾ ਮੇਰਾ ਫੋਕਸ ਹੈਗਾ ਉਹ ਮੇਰੇ ਕਿਟੀਜ਼ਨ ਮੈਟਰ ਚਾਹੇ ਉਹ ਮੇਅਰ ਮੁਕੱਲਮ ਨੇ ਇਸ ਵੇਲੇ ਤੇ ਕੌਂਸਲ ਹੈ ਜਿਹੜੇ ਇਸ਼ੂ ਉਸਰੀ ਦੇ ਮੇਰੇ ਕੋਲ ਲੈ ਕੇ ਆਈ ਆ ਠੀਕ ਹੈ ਨਾ ਮੈਂ ਉਹਨਾਂ ਨੂੰ ਸਪੋਰਟ ਕੀਤਾ ਉਹਦੇ ਵਿੱਚ ਉਹ ਸਕਾਈ ਟ੍ਰੇਨ ਲਈ ਫੰਡਿੰਗ ਦੀ ਗੱਲ ਕਰਦੇ ਸੀਗੇ ਅਸੀਂ ਫੈਡਰਲ ਗਵਰਨਮੈਂਟ ਨੇ ਉਹਨਾਂ ਨੂੰ 1.3 ਬਿਲੀਅਨ ਡਾਲਰਸ ਹੀ ਇਨਵੈਸਟ ਕੀਤੇ ਇਹ ਨਹੀਂ ਕਿ ਉਹ ਕਿਉਂਕਿ ਸਾਡਾ ਕੰਮ ਹੈਗਾ ਕਿ ਚਾਹੇ ਉਹ ਗੈਂਗ ਟਾਸਕ ਫੋਰਸ ਲਿਵੇਂ ਨਹੀਂ ਹੋਵੇ ਚਾਹੀ ਉਹਨਾਂ ਨੂੰ ਸਾਡੀ ਸਹਾਇਤਾ ਚਾਹੀਦੀ ਹੋਵੇ ਜਿਹੜੀ ਉਹ ਸੇਫ ਟ੍ਰਾਂਜੀਸ਼ਨ ਪੁਲਿਸ ਦੀ ਕਰਨ ਦੀ ਚਾਹੇ ਉਹਨਾਂ ਨੂੰ ਕਿਸੇ ਇਨਫਰਾਸਟ੍ਰਕਚਰ ਫੰਡਿੰਗ ਦੀ ਲੋੜ ਹੋਵੇ ਉੱਥੇ ਜਿਹੜਾ ਹੈਗਾ ਮੈਂ ਐਡਵੋਕੇਸੀ ਦਿਖਾਈ ਆ ਸਰੀ ਦੇ ਲੋਕਾਂ ਲਈ ਕਿ ਇਸ ਵੇਲੇ ਜਿਹੜਾ ਮੇਰਾ ਫੋਕਸ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਔਰ ਲੋਕਾਂ ਦੇ ਨਾਮ ਅਕਾਲ ਮੁਤਾਬਕ ਜਿਹੜਾ ਉਹਨਾਂ ਰੂਬਰੂ ਹੋ ਰਿਹਾ ਔਰ ਉਹਦੇ ਵਿੱਚ ਮੇਰਾ ਜਿਹੜਾ ਮੇਲ ਫੋਕਸ ਇਹ ਹੈਗਾ ਕਿ ਜਿਹੜਾ ਲੋਕਾਂ ਨੇ ਜਿਸ ਗਵਰਨਮੈਂਟ ਨੂੰ ਅੱਜ ਫਤਵਾ ਦਿੱਤਾ ਉਸ ਗਵਰਨਮੈਂਟ ਨੂੰ ਐਸ ਪੋਜੀਸ਼ਨਸ ਹੁੰਦਾ ਹੋਇਆ ਮੈਂ ਉਹਨਾਂ ਦੀ ਮਦਦ ਕਰਾਂ। ਉਹ ਮੈਂ ਮਦਦ ਕੀਤੀ ਹੈ ਪਰ ਜੇਕਰ ਟੀਮ ਡਿਸੀਜਨ ਬਣਾਉਦੀ ਹੈ ਕਿ ਅਸੀਂ ਰਨ ਕਰਨਾ ਫਿਰ ਜਿਹੜਾ ਹੈਗਾ ਮੈਂ ਕਮੈਂਟ ਕਰ ਸਕਦਾ ਕਿ ਵੀ ਅਸੀਂ ਜਿਹੜੀ ਸਿਟੀ ਹੈਗੇ ਆ ਉਹਦੇ ਜਿਹੜੇ ਪਾਰਟਿਕੂਲਰ ਇਸ਼ੂ ਜਿਹੜੇ ਹੈਗੇ ਨੇ ਉਹਨੂੰ ਅਸੀਂ ਕਿਸ ਤਰੀਕੇ ਨਾਲ ਝਠਾਂਗੇ ਔਰ ਕਿਸ ਤਰੀਕੇ ਨਾਲ ਮੂਵਿੰਗ ਫਾਰਵਰਡ ਜੇ ਉਹ ਸੇਫ ट्रांजिशन ਕਰਨੀ ਹੈਗੀ ਤਾਂ ਉਹ ਕਿਦਾਂ ਕਰਾਂਗੇ ਸਰੀ ਦੇ ਕਰੰਟ ਮੇਅਰ ਡਗ ਮਕੱਲਮ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਦੇਖੋ ਡਗ ਮਕੱਲਮ ਟਾਈਮ ਜਿਹੜੇ ਸੀਗੇ ਮੇਰੇ ਦੋਸਤ ਰਹੇ ਆ ਕਿਉਂਕਿ ਮੈਂ ਕਦੇ ਵੀ ਜਿਹੜੀ ਆ ਉਹ ਨੈਗੇਟਿਵ ਪੋਲਿਟਿਕਸ ਨਹੀਂ ਕੀਤੀ ਠੀਕ ਹੈ ਨਾ ਮੈਂ ਹਮੇਸ਼ਾ ਸੋਚਦਾ ਕਿ ਅਸੀਂ ਪੋਜ਼ਿਟਿਵ ਜਿਹੜਾ ਹੈਗਾ ਉਹ ਕੀ ਕਰ ਸਕਦੇ ਦੇਖੋ ਉਹਨਾਂ ਦੀ ਕਾਰਜਕਾਰੀ ਨੂੰ ਤਾਂ ਲੋਕ ਦੇਖਣਗੇ ਨਾ ਉਹਦੇ ਬਾਰੇ ਡਿਸੀਜਨ ਜਿਹੜਾ ਉਹ ਲੋਕਾਂ ਦਾ ਠੀਕ ਹੈ ਨਾ ਪਰ ਮੇਰਾ ਡਿਸੀਜਨ ਬੇਸਡ ਔਨ ਪੋਜ਼ਿਟਿਵ ਹੋਊਗਾ ਕਿ ਮੈਂ ਸਰੀ ਦੇ ਲਈ ਅਸੀਂ ਜਿਹੜੀ ਸਾਡੀ ਟੀਮ ਜਿਹੜੀ ਆਉਗੀ ਵੀ ਉਹ ਸਰੀਰ ਨੂੰ ਨੈਕਸਟ ਲੈਵਲ ਤੇ ਕਿਦਾਂ ਲੈ ਕੇ ਕਿਉਂਕਿ ਦੇਖੋ ਇੱਕ ਪਾਸੇ ਫਾਸਟੈਸਟ ਗਰੋਇੰਗ ਸਿਟੀ ਹੋਵੇ ਹਮਮ ਨੈਕਸਟ ਸਿਟੀ ਜਿਹੜੀ ਹੈਗੀ ਆ ਜਿਹੜੀ ਬਿਗੇਸਟ ਸਿਟੀ ਬਣਨ ਜਾ ਰਹੀ ਹੋਵੇ ਉਹ ਅਪਰਟਿਉਨਿਟੀ ਜੇ ਮਿਸ ਕਰ ਜੇ ਤਾਂ ਉਹ ਮੈਨੂੰ ਵੀ ਬਰਦਾਸ਼ਤ ਨਹੀਂ ਹੋਣੀ ਆ ਉਹ ਮੇਰੇ ਬੱਚਿਆਂ ਨੂੰ ਨਹੀਂ ਹੋਣੀ ਆ ਸੋ ਕਦ ਤੱਕ ਅਸੀਂ ਉਮੀਦ ਕਰ ਸਕਦੇ ਤੁਸੀਂ ਆਪਣਾ ਮਾਈਂਡ ਬਣਾ ਲੋਗੇ ਇਸ ਚੋਣ ਦੇ ਵਿੱਚ ਐਂਟਰ ਕਰਨ ਵਾਸਤੇ ਮੈਂ ਪਹਿਲਾਂ ਤਾਂ ਸਿੱਸੀ ਕਿ ਰਾਈਟ ਨਾਓ ਮੇਰਾ ਫੋਕਸ ਹੈਗਾ ਕਉਕ ਮੈਂ ਡਾਕੂਮੈਂਟਸ ਮੇ ਕੋ ਹੈਗੀ ਹੈ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕਮੇਟੀ ਹੈਗੀ ਆ ਫਿਰ ਅਫਗਾਨਿਸਤਾਨ ਤੇ ਇੱਕ ਸਪੈਸ਼ਲ ਕਮੇਟੀ ਬਣੀ ਉਹਦਾ ਮੈਨੂੰ ਚੇਅਰ ਬਣਾਇਆ ਤੇ ਲੋਕਾਂ ਨੇ ਮੈਨੂੰ ਮੈਂਬਰ ਆਫ ਪਾਰਲੀਮੈਂਟ ਚੁਣਿਆ ਈਵਨ ਦੋ ਹੁਣ ਕੋਵਿਡ ਦਾ ਸਮਾਂ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਆਫਿਸ ਦੇ ਵਿੱਚ ਅਸੀਂ ਖੁੱਲਾ ਰੱਖਿਆ ਹੈ ਆਫਿਸ ਤਾਂ ਕਿ ਮੈਂ ਆਪਣੇ ਕੰਸਟੀਟੂਐਂਟਸ ਨੂੰ ਜਿਹੜਾ ਵਾ ਬੈਸਟ ਸਰਵ ਕਰ ਸਕਾਂ ਕਿਉਂਕਿ ਮੇਰਾ ਫੋਕਸ ਐਸ ਵੈਲ ਚਾਹੇ ਉਹ ਹੈਗਾ ਮੇਰੇ ਕੰਸਟੀਟੂਐਂਟਸ ਨੂੰ ਸਰਵ ਕਰਨਾ ਬਟ ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਹਨੂੰ ਸੀਰੀਅਸਲੀ ਸੋਚ ਰਿ ਠੀਕ ਹੈ ਕੋਈ ਸੁਖਤਾਲੀਵਾਲ ਨੇ ਆ ਕੇ ਕਹਿਤਾ ਇਸ ਵੇ ਨੂੰ ਮੈਂ ਮੇਅਰ ਲਈ ਰਨ ਕਰਨਾ ਨਹੀਂ ਐਸੀ ਗੱਲ ਨਹੀਂ ਇਨਫੈਕਟ ਜਿਹੜੀ ਇੱਕ ਬਹੁਤ ਵੱਡੀ ਟੀਮ ਜਿਹੜੀ ਕਰ ਰਹੀ ਹੈ ਪਿੱਛੇ ਬੈਠ ਕੇ ਕੰਮ ਇਸ ਵੇਲੇ ਜਿਹੜੇ ਮੈਨੂੰ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਇਹ ਉਹਨਾਂ ਨੇ ਇਵੈਂਚੁਅਲੀ ਜਿਹੜਾ ਹੈਗਾ ਉਹਨਾਂ ਨਾਲ ਰਲ ਕੇ ਜਿਹੜਾ ਹੈਗਾ ਡਾਇਲੌਗ ਦੇ ਥਰੂ ਹੀ ਜਿਹੜਾ ਹੈਗਾ ਇੱਕ ਫੈਸਲਾ ਹੋਏਗਾ ਜੇ ਮੈਂ ਰਨ ਕਰਨਾ ਪਰ ਉਹ ਕੋਈ ਇਹ ਨਹੀਂ ਆ ਵੀ ਇਮੀਡੀਏਟ ਕਿਉਂਕਿ ਹਜੇ ਲੰਮਾ ਸਮਾਂ ਪਿਆ ਦੇਖੋ ਅਕਤੂਬਰ 15 ਦੀ ਗੱਲ ਕਰਦੇ ਆਂ ਅਜੇ ਤਾਂ 10 ਮਹੀਨੇ ਪਈ ਐਲੈਕਸ਼ਨ ਨੂੰ ਬਹੁਤ ਲੰਮਾ ਸਮਾਂ ਸੋ ਐਡਾ ਲੰਮਾ ਸਮੇਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਕਈ ਸਮੀਕਰਨ ਚੇਂਜ ਹੁੰਦੇ ਆ ਰਾਈਟ ਸੋ ਸਮਾਂ ਆਉਣ ਤੇ ਜਿਹੜਾ ਹੈਗਾ ਉਹ ਡਿਸੀਜਨ ਐਜ਼ ਅ ਟੀਮ ਜੇ ਬਣਦਾ ਹੈਗਾ ਤਾਂ ਮੈਂ ਲੋਕਾਂ ਸਾਂ ਜਾ ਕੇ ਦੱਸੂਗਾ ਸੁਖਤ ਾਲੀਵਾਲ ਜੀ ਬਹੁਤ ਬਹੁਤ ਧੰਨਵਾਦ